ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ਇਸਲਾਮਾਬਾਦ 'ਚ ਇੱਕ ਅਗਰਬੱਤੀ ਧੂਫ ਬਣਾਉਣ ਦੀ ਫੈਕਟਰੀ 'ਚ ਭੀਸ਼ਣ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਏ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦੇਖਣ ਨੂੰ ਮਿਲੀਆਂ, ਜਿਸ ਦੇ ਨਾਲ ਆਸ ਪਾਸ ਦੇ ਘਰਾਂ ਨੂੰ ਕਾਫ਼ੀ ਨੁਕਸਾਨ ਹੋਇਆ। ਇਸ ਅੱਗ ਦੇ ਨਾਲ ਇੱਕ ਵੱਡਾ ਵਿਵਾਦ ਵੀ ਖੜਾ ਹੋ ਗਿਆ ਜਦ ਇਸ ਅੱਗ ਦਾ ਵਿਰੋਧ ਕਰਨ ਵਾਲੇ ਇਲਾਕਾ ਨਿਵਾਸੀ ਇਸ ਫੈਕਟਰੀ ਦੇ ਵਿਰੋਧ 'ਚ ਉਤਰ ਆਏ, ਕਿਉਂਕਿ ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਕਾਬੂ ਕਰਨ ਦੇ ਲਈ ਦਮਕਲ ਵਿਭਾਗ ਦੀਆਂ ਕੁੱਲ 16 ਗੱਡੀਆਂ ਦਾ ਇਸਤੇਮਾਲ ਕਰਨਾ ਪਿਆ। ਸਾਰਿਆਂ ਦੇ ਸਹਿਯੋਗ ਨਾਲ ਜਿਹੜੀ ਅੱਗ ਬੁਝਾਈ ਜਾ ਰਹੀ ਆ, ਉਹ ਤੋਂ ਬਾਅਦ ਇਹਦੇ ਕਾਰਨਾਂ ਦਾ ਪਤਾ ਲੱਗੂਗਾ ਵੀ ਕਿਹੜੇ ਕਾਰਨ ਅੱਗ ਲੱਗੀ ਆ ਅਤੇ ਕੀ ਹਿਸਾਬ ਕਿਤਾਬ ਆ ਅਤੇ ਜੋ ਕਾਰਵਾਈ। ਦੇਖੋ ਜੀ, ਇਹਦੇ ਬਾਰੇ ਕਲੇਮ ਜਿਹੜਾ ਲੈਣ ਬਾਰੇ ਉਹ ਤਾਂ ਆਪਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਸਕਦੇ ਹਾਂ। ਤੁਰੰਤ ਸਾਨੂੰ ਸੂਚਨਾ ਮਿਲੀ ਆ, ਤੁਰੰਤ ਸਾਡੀਆਂ ਜਿਹੜੀਆਂ ਚਾਰੋਂ ਸਟੇਸ਼ਨਾਂ ਦੀਆਂ ਜਿਹੜੀਆਂ ਗੱਡੀਆਂ ਨੇ ਇਮੀਜੀਏਟ ਉਹ ਇੱਥੇ ਪਹੁੰਚ ਗਈਆਂ ਨੇ, ਇਮੀਜੀਏਟ ਐਕਸ਼ਨ ਕੀਤਾ ਆ, ਤੁਰੰਤ ਕਾਬੂ ਅੱਗ ਨੂੰ ਪਾ ਲਿਆ ਗਿਆ ਆ ਚਾਰੋਂ ਤਰਫ, ਕਿਉਂਕਿ ਬਹੁਤ ਵੱਡਾ ਗੋਦਾਮ ਸੀ, ਉੱਪਰ ਵੀ ਅੱਗ ਲੱਗੀ ਸੀ, ਥੱਲੇ ਵੀ ਅੱਗ ਲੱਗੀ ਸੀ, ਪੂਰੀ ਜਿਹੜੀ ਫਾਇਰ ਸੀ ਉਹ ਫੈਲੀ ਹੋਈ ਸੀ, ਕਿਉਂਕਿ ਕੈਮੀਕਲਸ ਅੰਦਰ ਹੈਗੇ ਸੀ, ਕੈਮੀਕਲਸ ਦੇ ਕਾਰਨ ਫਾਇਰ ਨੂੰ ਕੰਟਰੋਲ ਕਰਨਾ ਜਿਹੜਾ ਬਹੁਤ ਮੁਸ਼ਕਲ ਸੀ, ਪਰ ਫਾਇਰ ਸਰਵਿਸ ਨੇ ਲਾਗੇ ਛਾਗੇ ਕਿਤੇ ਵੀ ਅੱਗ ਨਹੀਂ ਜਾਣ ਦਿੱਤੀ, ਇਮੀਜੀਏਟ ਇਫੈਕਟ ਦੇ ਨਾਲ ਕੰਟਰੋਲ ਕਰਕੇ ਇਲਾਕਾ ਨਿਵਾਸੀਆਂ ਨੇ ਵੀ ਸਾਡੀ ਬਹੁਤ ਮਦਦ ਕੀਤੀ ਆ, ਜਿਹਦੇ ਨਾਲ ਸਾਨੂੰ ਇਮੀਜੀਏਟ ਅਸੀਂ ਇਹਨੂੰ ਕੰਟਰੋਲ ਕਰ ਲਿਆ ਫਾਇਰ ਨੂੰ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ, ਚੈਨਲ 2।